ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਦਰਿਆ ਦੇ ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਬਾਸ ਨਾ ਪਰਿਆਰੀ। ਪਰਮ ਸਨਮਾਨ ਯੋਗ ਜੁਗੋ ਜੁਗਿਆ ਟਲ ਚਬਰ ਛਤਰ ਤਖਤ ਦੇ ਮਾਲਕ ਦਸ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਅਤਿ ਸਤਿਕਾਰਯੋਗ ਸਤ ਸੰਗੀ ਪਿਆਰਿਓ, ਹੁਣੇ ਹੀ ਤੁਸੀਂ ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਪਾਵਨ ਬਚਨਾਂ ਦਾ ਕੀਰਤਨ ਸਰਵਣ ਕੀਤਾ। ਤੂੰ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਵੀ ਅਜਿਹੇ ਬਚਨ ਕੀਤੇ ਹਨ। ਬਾਣੀ ਅੰਦਰ ਸਾਹਿਬ ਨੇ ਕਿਹਾ, ਰਾਜਨ ਮੈਂ ਤੂੰ ਰਾਜਾ ਕਹੀਏ, ਭੂਮਨ ਮੈਂ ਭੂਮਾ, ਠਾਕੁਰ ਮੈਂ ਠੁਕਰਾਈ ਤੇਰੀ, ਕੋਮਲ ਸਿਰ ਕੋਮਾ, ਪਿਤਾ ਮੇਰੋ ਵੱਡੋ ਧਨੀ ਅਗੰਮਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਬਾਣੀ ਅੰਦਰ ਸਾਹਿਬ ਨੇ ਬਖਸ਼ਿਸ਼ ਕੀਤੀ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਉਹ ਰਾਜਿਆਂ ਦਾ ਰਾਜਾ ਹੈ, ਸ਼ਾਹਾਂ ਦਾ ਸ਼ਾਹ ਹੈ। ਤੇ ਸਾਹਿਬ ਇਹ ਵੀ ਆਖਦੇ ਨੇ, ਕਹਿੰਦੇ ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ, ਭੋਗਨ ਮੈਂ ਭੋਗੀ। ਉਹ ਸਭ ਤੋਂ ਵੱਡਾ ਗ੍ਰਸਤੀ ਵੀ ਹੈ ਤੇ ਸਭ ਤੋਂ ਵੱਡਾ ਭੋਗੀ ਵੀ ਹੈ। ਤੇ ਅਸੀਂ ਬਚਨ ਪੜ੍ਹਦੇ ਹਾਂ ਕਿ ਉਹ ਇੰਨਾ ਵੱਡਾ ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ, ਜਾਂ ਤੇ ਉੱਪਰ ਕੋ ਨਾਹੀ, ਤੁਮ ਹੋ ਸਭ ਰਾਜਨ ਕੇ ਰਾਜਾ। ਆਓ ਕਰੋ ਕਿਰਪਾ ਸਾਹਿਬ ਸੰਗਤ ਜੀ, ਅੱਜ ਸਮਾਂ ਸੀਮਤ ਹੈ, ਕੁਝ ਗੁਰਮਤਿ ਦੀ ਵਿਚਾਰ ਦੇ ਨਾਲ ਆਪਾਂ ਸਾਂਝ ਪਾ ਸਕੀਏ। ਹਰੇਕ ਵਾਰ ਹਰੇਕ ਹਫ਼ਤੇ ਕੋਸ਼ਿਸ਼ ਹੁੰਦੀ ਹੈ ਸੰਗਤ ਦੇ ਨਾਲ ਕੁਝ ਇਹੋ ਜਿਹੀਆਂ ਵਿਚਾਰਾਂ ਦੀ ਸਾਂਝ ਪਾਈ ਜਾਵੇ ਜਿਨ੍ਹਾਂ ਵਿੱਚੋਂ ਸਾਨੂੰ ਗੁਰਮਤਿ ਦੀ ਕੁਝ ਨਵੇਕਲੀ ਸੋਝੀ ਪ੍ਰਦਾਨ ਹੋ ਸਕੇ। ਉਹੀ ਸਾਖੀਆਂ ਉਹੀ ਬਚਨ ਵਾਰ ਵਾਰ ਦੁਹਰਾਈ ਜਾਣੇ ਜੋ ਆਪ ਸੰਗਤਾਂ ਨੂੰ ਚੇਤੇ ਵੀ ਹਨ। ਆਪ ਉਚੇਚ ਤੌਰ 'ਤੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਬੈਠਦੇ ਹੋ, ਸਮਾਂ ਇੱਥੇ ਗੁਰੂ ਦੀ ਹਜ਼ੂਰੀ ਵਿੱਚ ਸਫਲ ਕਰਦੇ ਹੋ। ਕੋਸ਼ਿਸ਼ ਹੁੰਦੀ ਹੈ ਕਿ ਕੁਝ ਸੰਗਤ ਤੱਕ ਨਵਾਂ ਪਹੁੰਚਾਇਆ ਜਾਵੇ ਤਾਂ ਕਿ ਆਪਣੀ ਵੀ ਹਾਜ਼ਰੀ ਲੱਗ ਸਕੇ ਅਤੇ ਸੰਗਤ ਦੀ ਵੀ ਪ੍ਰੇਮ ਭਾਵਨਾ ਨਾਲ ਹਾਜ਼ਰੀ ਲੱਗ ਸਕੇ। ਆਪ ਕੁਝ ਆਪਾਂ ਵਿਚਾਰੀਏ, ਅਸੀਸਾਂ ਬਖਸ਼ਦਿਆਂ ਹੋਇਆਂ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਪਾਵਨ ਫਤਿਹ ਸਾਂਝੀ ਕਰੋ। ਲਵਾਓ ਹਾਜ਼ਰੀ ਗੱਜ ਵੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਇੱਕ ਹੋਰ ਬਚਨ ਫਰਮਾਇਆ। ਸਾਹਿਬ ਜੀ ਕਹਿੰਦੇ, ਮੇਰੇ ਘਰ ਦੀ, ਮੇਰੇ ਅਕਾਲ ਪੁਰਖ ਵਾਹਿਗੁਰੂ ਸਮਰੱਥ ਗੁਰੂ ਦੇ ਘਰ ਦੀ ਜਿਹੜੀ ਸ਼ੋਭਾ ਹੈ ਬੜੀ ਅਸਚਰਜਤਾ ਵਾਲੀ ਹੈ। ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਅਸਚਰਜ ਸ਼ਬਦ ਦਾ ਕੀ ਅਰਥ ਹੈ।
ਆਪਾਂ ਕਹਿ ਸਕਦੇ ਹਾਂ ਅਦਭੁਤ, ਇਹ ਵੀ ਨਹੀਂ ਪਤਾ। ਅਦਭੁਤ ਤੋਂ ਭਾਵ ਜਿਹਨੂੰ ਆਪਾਂ ਕਹਿੰਦੇ ਹਾਂ ਵੰਡਰਫੁੱਲ, ਬਹੁਤ ਹੀ ਹੈਰਾਨਜਨਕ ਸ਼ੋਭਾ। ਅਤੇ ਜਿਹੜਾ ਸ਼ਬਦ ਹੈ ਵਾਹਿਗੁਰੂ, ਵਾਹਿਗੁਰੂ ਸ਼ਬਦ ਦਾ ਵੀ ਇਹੀ ਅਰਥ ਹੈ, ਗੁਰੂ ਦੇ ਉਹ ਕੌਤਕ ਵੇਖ ਕੇ, ਗੁਰੂ ਦੀ ਉਹ ਸ਼ੋਭਾ ਵਡਿਆਈ ਵੇਖ ਕੇ ਜਦੋਂ ਆਪਣੇ ਆਪ ਮੂੰਹੋਂ ਨਿਕਲੇ, ਹਿਰਦੇ ਤੋਂ ਨਿਕਲੇ ਵਾਹ, ਉਦੋਂ ਉਸ ਸ਼ਬਦ ਦੀ ਵਿਆਖਿਆ ਹੋਣੀ ਹੈ ਵਾਹਿਗੁਰੂ। ਵਾਹ ਗੁਰੂ, ਕਮਾਲ ਹੋ ਗਈ, ਅਦਭੁਤ, ਅਸਚਰਜ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ਬਦ ਨੂੰ ਵਰਤਿਆ ਗੁਰਬਾਣੀ ਵਿੱਚ। ਆਓ ਆਪਾਂ ਵੇਖੀਏ ਗੁਰਮਤਿ ਦੀ ਸਿੱਖੀ ਦੀ ਅਸਚਰਜਤਾ ਕੀ ਹੈ, ਹੈਰਾਨ ਜਨਕ ਸਾਡੀ ਸਿੱਖੀ ਦੇ ਵਿੱਚ, ਇਤਿਹਾਸ ਵਿੱਚ, ਬਾਣੀ ਦੇ ਵਿੱਚ ਕੀ ਸਰੋਤ ਮਿਲਦੇ ਹਨ। ਗੁਰੂ ਸਾਹਿਬ ਕਹਿੰਦੇ ਵੱਡੇ ਵਡਿਆਈ, ਪੜ੍ਹੋ ਸਾਧ ਸੰਗਤ ਜੀ, ਵੱਡੇ ਵਡਿਆਈ ਅਸਚਰਜ ਸ਼ੋਭਾ ਕਾਰ ਜਾਇਆ ਰਾਸੇ। ਮੇਰੇ ਗੁਰੂ ਦੀ ਵਡਿਆਈ ਬੜੀ ਅਸਚਰਜਤਾ ਵਾਲੀ, ਹੈਰਾਨ ਜਨਕ, ਹੈਰਾਨ ਕਰਨ ਵਾਲੀ ਸ਼ੋਭਾ ਹੈ। ਇੱਕ ਥਾਈ ਗੁਰੂ ਸਾਹਿਬ ਨੇ ਹੋਰ ਕਿਰਪਾ ਕੀਤੀ, ਗੁਰਦੇਵ ਜੀ ਕਹਿੰਦੇ ਹੇ ਸੰਸਾਰ ਦੇ ਲੋਕੋ, ਆਓ ਵੇਖੋ ਮੇਰੇ ਨਾਲ ਬੜਾ ਅਸਚਰਜ ਖੇਡ ਵਾਪਰਿਆ। ਕੀ ਖੇਡ ਵਾਪਰਿਆ? ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਖਦੇ ਹਨ, ਕਹਿਣ ਲੱਗੇ ਕਿ ਮੇਰੇ ਗੁਰੂ ਦੀ ਇਹ ਵਡਿਆਈ ਸ਼ੋਭਾ ਜਿਹਦੇ ਵਿੱਚ ਮੇਰਾ ਕਾਰਜ ਰਾਸ ਆ ਗਿਆ। ਤੇ ਭਗਤ ਕਬੀਰ ਸਾਹਿਬ ਜੀ ਆਖਦੇ ਕਹਿੰਦੇ ਐਸੋ ਅਚਰਜ ਦੇਖਿਓ ਕਬੀਰ, ਮੈਂ ਬੜੀ ਹੈਰਾਨ ਕਰਨ ਵਾਲੀ ਗੱਲ ਦੇਖੀ ਸੰਸਾਰ ਦੇ ਲੋਕਾਂ ਵਿੱਚ। ਕੀ ਵੇਖਿਆ ਭਗਤ ਜੀ? ਉੱਥੇ ਭਗਤ ਜੀ ਜਵਾਬ ਦਿੰਦੇ ਕਹਿੰਦੇ ਦੱਦ ਕੈ ਭੁੱਲੈ ਬਿਰੋਲੈ ਨੀਰ, ਲੋਕ ਪਾਣੀ ਦੇ ਭੁਲੇਖੇ। ਦੇਖੋ ਭੁਲੇਖਾ ਪੈ ਗਿਆ ਲੋਕਾਂ ਨੂੰ, ਹੈ ਪਾਣੀ ਤੇ ਉਹਨੂੰ ਦੁੱਧ ਸਮਝ ਕੇ ਰਿੜਕੀ ਜਾ ਰਹੇ ਹਨ, ਰਿੜਕੀ ਜਾ ਰਹੇ ਹਨ, ਜਿਹਨੂੰ ਆਪਾਂ ਕਹਿੰਦੇ ਕਿ ਪਾਣੀ ਵਿੱਚ ਮਧਾਣੀ ਪਾਈ ਹੋਈ। ਤੇ ਪਾਣੀ ਵਿੱਚ ਮਧਾਣੀ ਪਾਇਆ ਕਦੇ ਕੋਈ ਫਲ ਦੀ ਪ੍ਰਾਪਤੀ ਹੁੰਦੀ ਨਹੀਂ ਹੈ। ਭਗਤ ਕਬੀਰ ਜੀ ਕਹਿੰਦੇ ਮੈਂ ਬੜਾ ਹੈਰਾਨ ਜਨਕ ਮੇਰੇ ਸਾਹਮਣੇ ਸੀਨ ਵਾਪਰਿਆ। ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੁੱਲੈ ਬਿਰੋਲੈ ਨੀਰ, ਦੁੱਧ ਦੇ ਭੁਲੇਖੇ ਵਿੱਚ ਪਾਣੀ ਰਿੜਕੀ ਜਾ ਰਿਹਾ ਸੰਸਾਰ ਦਾ ਹਰੇਕ ਜੀਵ। ਜਿੱਥੋਂ ਕੁਝ ਮਿਲਣਾ ਹੈ ਉੱਧਰਲੇ ਪਾਸੇ ਮਧਾਣੀ ਪਾਈ ਨਹੀਂ, ਤੇ ਜਿੱਥੋਂ ਕੁਝ ਮਿਲਣਾ ਨਹੀਂ ਹੈ ਲੋਕ ਉੱਧਰ ਮਧਾਣੀ ਪਾ ਕੇ ਬੈਠੇ ਹਨ, ਪਾਣੀ ਵਿੱਚ ਮਧਾਣੀ ਪਾ ਕੇ ਬੈਠੇ ਹਨ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਕੁਝ ਅਸਚਰਜ ਸੀਨ ਸਾਡੇ ਸਾਹਮਣੇ ਰੱਖੇ ਹਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਥਾਈ ਕਿਆ ਕਹਿਣਗੇ, ਦੇਖੋ ਅਚਰਜ ਭਇਆ ਸੰਸਾਰ ਦੇ ਲੋਕੋ, ਆਓ ਤੁਹਾਨੂੰ ਦਿਖਾਵਾਂ ਮੇਰੇ ਨਾਲ ਇੱਕ ਵੱਖਰੀ ਖੇਡ ਵਾਪਰੀ। ਦੇਖੋ ਅਚਰਜ ਭਇਆ, ਕੀ ਹੋਇਆ ਮਹਾਰਾਜ, ਤੁਸੀਂ ਇੰਨੇ ਹੈਰਾਨ ਕਿਉਂ ਹੋ? ਕਿਹੜੀ ਚੀਜ਼ ਵਾਪਰੀ, ਕਿਹੜੀ ਘਟਨਾ ਵਾਪਰੀ, ਤੁਸੀਂ ਕਹਿੰਦੇ ਹੋ ਕਿ ਅਚਰਜ ਭਇਆ, ਮੈਂ ਹੈਰਾਨ ਹੋ ਗਿਆ, ਵੱਖਰੀ ਖੇਡ ਵਾਪਰੀ ਹੈ? ਕਹਿੰਦੇ ਹਾਂ, ਦੱਸਾਂ ਮੈਂ ਤੁਹਾਨੂੰ, ਸੁਣਿਓ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹੇ ਠਾਕੁਰ ਕੋ ਸੁਣਤ ਅਗਾਧ ਬੋਧ, ਜਿਸ ਪਰਮਾਤਮਾ ਦੀਆਂ, ਰੱਬ ਦੀਆਂ, ਅਕਾਲ ਪੁਰਖ ਦੀਆਂ ਗੱਲਾਂ ਸੁਣੀ ਦੀਆਂ ਕਿ ਕਰੋੜਾਂ ਬ੍ਰਹਿਮੰਡਾਂ ਨੂੰ ਚਲਾ ਰਿਹਾ ਹੈ, ਉਹਦੇ ਅੰਤ ਤੱਕ ਕੋਈ ਪਹੁੰਚ ਨਹੀਂ ਸਕਦਾ, ਸੰਸਾਰ ਦੇ ਹਰੇਕ ਜੀਵ ਨੂੰ ਉਹ ਆਹਾਰ ਦੇ ਰਿਹਾ ਹੈ, ਉਹਨੂੰ ਅੱਜ ਤੱਕ ਕਿਸੇ ਨੇ ਕਥਨ ਨਹੀਂ ਕੀਤਾ। ਇੰਨਾ ਵੱਡਾ ਮੇਰੇ ਨਾਲ ਅਸਚਰਜ ਖੇਡ ਆ ਵਾਪਰੀ ਕਿ ਮੇਰੇ ਗੁਰੂ ਨੇ ਉਹ ਪਰਮਾਤਮਾ ਮੇਰੇ ਹਿਰਦੇ ਵਿੱਚ ਬਿਠਾ ਦਿੱਤਾ ਹੈ, ਮੇਰੇ ਹਿਰਦੇ ਵਿੱਚ ਦਿਖਾ ਦਿੱਤਾ ਹੈ, ਜਿਹੜਾ ਕਰੋੜਾਂ ਬ੍ਰਹਿਮੰਡਾਂ ਨੂੰ ਚਲਾ ਰਿਹਾ ਹੈ ਨਾ। ਹੈਰਾਨੀ ਦੀ ਗੱਲ ਇਹ ਹੈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਹਿਰਦੇ ਵਿੱਚੋਂ ਹੀ ਦਿਖਾ ਦਿੱਤਾ ਹੈ, ਉਹ ਇੰਨਾ ਵੱਡਾ ਮੇਰੇ ਹਿਰਦੇ ਵਿੱਚ ਬੈਠਿਆ। ਵਾਹ, ਇਹ ਹੈ ਵਾਹਿਗੁਰੂ, ਇਹ ਹੈ ਵਾਹਿਗੁਰੂ। ਦੇਖੋ ਅਚਰਜ ਭਇਆ ਜਿਹੇ ਠਾਕੁਰ ਕੋ ਸੁਣਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਅੱਗੇ ਸਾਹਿਬ ਜੀ ਆਖਦੇ ਕਹਿਣਗੇ ਜੋ ਇਹ ਦੂਤ ਮੋਹਿ ਬਹੁਤ ਸੰਤਾਪਤ ਤੇ ਭਿਆਨਕ ਭਇਆ, ਜਿਹੜੇ ਕਾਮ ਕ੍ਰੋਧ ਲੋਭ ਮੋਹੰਕਾਰ ਬੜੇ ਭਿਆੰਕਰ ਰੂਪ ਧਾਰਨ ਕਰਕੇ ਮੇਰੇ ਉੱਤੇ ਹਾਵੀ ਹੁੰਦੇ ਸਨ, ਕਦੇ ਕਾਮ ਆ ਗਿਆ, ਕਦੇ ਕ੍ਰੋਧ ਆ ਗਿਆ, ਕਦੇ ਲੋਭ, ਕਦੇ ਮੋਹੰਕਾਰ, ਬੜੇ ਭਿਆੰਕਰ ਰੂਪ ਧਾਰਨ ਕਰਕੇ ਮੈਨੂੰ ਸਾਰੀ ਉਮਰ ਸਤਾਉਂਦੇ ਰਹੇ, ਜਦੋਂ ਮੇਰਾ ਗੁਰੂ ਮੈਨੂੰ ਮਿਲਿਆ, ਹੁਣ ਪੰਜ ਵਿਕਾਰ ਮੇਰੇ ਅੱਗੇ ਮਿੰਨਤਾਂ ਕਰਦੇ ਹਨ ਕਿ ਮੈਨੂੰ ਰੱਖ ਲਿਓ, ਸਾਨੂੰ ਰੱਖ ਲਿਓ, ਸਾਨੂੰ ਬਚਾ ਲਿਓ, ਅਸੀਂ ਦੁਬਾਰਾ ਤੁਹਾਨੂੰ ਸਤਾਉਣਾ ਨਹੀਂ ਹੈ। ਜਿਹੜੇ ਵਿਕਾਰ ਮੈਨੂੰ ਤੰਗ ਕਰਦੇ ਰਹੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਜੋ ਇਹ ਦੂਤ ਮੋਹਿ ਬਹੁਤ ਸੰਤਾਪਤ ਤੇ ਭਿਆਨਕ ਭਇਆ, ਕਹਿੰਦੇ ਕਿ ਕਰੇ ਬੇਨਤੀ ਰਾਖ ਠਾਕੁਰ ਤੇ, ਹਮ ਤੇਰੀ ਸ਼ਰਨ ਆਇਆ,
मैं रब दे के बेनतियां कर रहा हूं, ये पंजे विकार मेरे अगे बेनतियां कर रहे हैं कि सानू बचा लो, असं दोबारा नहीं तंग करते। आ अचरज है गुरबाणी का, यह अचरजता है गुरु ग्रंथ साहब महाराज जी की। देखो गुरु सानू कुछ होर दिखाना चाहता सी, जे असी उस चीज नू देख लेंदे जो गुरु दिखाना चाहता है, फिर साडे हिरदे तो मन तो जबान तो आप मुहारे वाह निकलना सी। पर असी बार बार दोहराया, असली चीज तक असली गल तक असी हुण तक पहुंचे नहीं हां। सुनियो बेनतियां, तुसीं तस्वीर वेखी है कि बाबा फरीद साहब जी लकड़ी दे इक मुढ़ ते पए हन, शरीर गलिया होया, कावां ने ठुंगा मारियां हुईयां, बहुत बजुर्गी कोई 90-100 सालां दी उम्र दा बजुर्ग दिखाया होया। ते तस्वीर वाले ने नाल कमाल कीती कि एक पासे कौआ भी बैठिया होया जिहड़ा ठुंगा मारन की तैयारी विच है, ते शरीर दे उत्ते किते किते जख्मां विचों खून रिसदा है, दिखाया यह गया तस्वीर दे विच। पर गुरमुख प्यारे प्रोफेसर साहब सिंह वो कहते नहीं, ये नहीं दिखाना चाहता गुरु सानू। संसार के लोगों हैरानी जनक गल ते किते होर पई है, उत्थे तक ते असीं पहुंचे ही नहीं है, तस्वीर तक सीमित रह के बाबा फरीद जी एक कौए तेनों ठूंगा मार रहे हैं, असीं ये व्याख्या की नहीं। हुण निकलेगा वाहिगुरु देखियो। प्रोफेसर साहब अर्थ करते हैं, कहने के बाबा फरीद ये कह रहे हैं कि संसार के लोगों तुसी भी यह हालात विचों लंघ रहे हो, ये काम क्रोध लोभ मोह हंकार ये पांच कौए तुहानू रोज ठूंगा मारदे हैं, रोज ठूंगा मत तुहानू नोच रहे हैं, तुसी मेरे ते गल ला के बैठ गए ते तुहाडी गल दसी सी मैं वो सी बाबा फरीद तुहाडे ते गल है ये तो तुसी चंगे लगते हो ठूंगा मरवाओ साडी गल ना करो, असीं यह समझिया। वो भगत की गल तो असीं असली तो छड्ड ही दित्ती है, उत्थे तक तो पहुंचे ही नहीं। जदों पता लग जाए कि वह कौए काम क्रोध लोभ हंकार मेरे शरीर को ठूंगा मार रहे हैं, मालिक जी फिर अरदास निकलेगी, फिर निकलेगा वाह महाराज मैं तेरी बाणी तक पहुंचे ही नहीं हाँ, मैं तो तस्वीर तक रुझ के रह गया। काका करंग टंडोलिया सगला खाया मास, ए दुए नैना मत छुओ फिर देखने की आस, काका चूंडना पिंजरा बसे ता उडर जाए, जित पिंजरा मेरा शाह बसे मास ना तिंदू खाए। फरीद साहब तो कुछ होर दिखाना चाहते सी, पर असी उन्हां दे उत्ते गल थोप लिती कि तुहानू कौए ने ठूंगा मारिया मैनू तस्वीर चंगी लगती है, असी अगे पहुंचे ही नहीं। तस्वीर दिखाई, तस्वीर दिखाई, जल दे विच कौए आउंदे हन, डुबकियां लाइया हंस बन के निकले, बड़ी प्यारी लगी सानू तस्वीर, बड़ी फेमस हुई, सब पासे घर लगिया। ये अचरजता वाली गल नहीं है, गुरु ग्रंथ साहिब महाराज जी बाणी विच ये सानू कह रहे हैं, जे तिस भावै नानका कागों हंस करे, असी असल गल तक पहुंचे ही नहीं, वो तस्वीर तक सीमित रह गए, बस आ है असली गल नहीं। जे देखना है ना तो देखो, सज्जन ठग कौआ सी गुरु की संगत के सरोवर में इशनान करके नित्र के जो बाहर निकलता है ना तो हंस बन के निकलता है, वाह यह अश्चर्य। कौटा भी जिहड़ा रोज आए गया तल तल के खा रहा सी, जो गुरु के शब्द में उन्हें इशनान किया उस कौए ने, तो देखो गुरु की कृपा के नाल हंस बन के उही कौटा भाई बन के सतसंगी बन के लोगों के सेवा करता है, उत्थे तक तो असीं पहुंचे ही नहीं। उस साखी तक उस गल तक तो असीं पहुंचे ही नहीं। गल आई पत्थर दी, गुरद्वारा साहब बनिया पंजा साहिब पवित्र स्थान। देखो आपां जिहड़ियां प्रचलित गल्लां उहनूं खंडन नहीं कर रहे, जिहड़े मन रहे हन मनन, पर असीं थोड़ा जिहा अगे भी चलीए। असीं इत्थे तक सीमित रहे कि धन गुरु नानक महाराज जी तुसीं बड़ी कंधारी द्वारा सुट्टे हुए पत्थर नूं अपना पंजा लाया, ते पंजे नाल उत्थे ओह पत्थर जाम हो गया, ते तुहाडे हथ दा सोने दस का निशान उस पत्थर दे विच छपिया, असीं इत्थे खड़ गए बस। आ गुरु नानक की निशानी, ये पत्थर दे विच गुरु नानक महाराज जी ने अपना पंजा लाया। सच झूठ आपां नहीं गल कर रहे, जिथे जिहदी शरदा खड़ी है ठीक है, पर वाहिगुरु किवें निकलेगा, अश्चर्ज की है। अश्चर्ज तो यह है वो पत्थर वो अस्थान वो पंजा साहिब का पवित्र अस्थान ये सानू दस रहा है कि गुरु नानक महाराज जी इहो जे गुरु हन, जिहड़ा पत्थर दिल होवे गुरु वल आवे तां सही, गुरु अपने शब्द का निशान लगा के उन्हों भी शांत करके टिका दिंदा है।
इस गल तक तो असं पहुंचे ही नहीं। यह है वाहगुरु शब्द अपने आप निकलन वाला, कौड़े रिठिया तक असं पहुँच गए जेडे मिठे हो गए, रिठिया तक असं पहुंचे, असं जाके स्पर्श किया दरखत देख के उन्होंने स्थान पर पहुँच के असं देख लिया चलो कई ने कि अस्थान से गुरु नानक ने कौड़े रिठिया मिठे किया, बस इस तो अगे असं गए ही नहीं, गए ही नहीं है। पर जे विचार होंदा कि मेरा गुरु आप मिठ बोलना जी हर सज्जन स्वामी मोरा हो समल थके जी वह कदे ना बोलिया कौड़ा, जे विचार होंदा कि गुरु नानक तो अज भी पता नहीं किन्ने कौड़े रिठिया मिठे कर रहा है, फिर जो ये गल सोचा कि ना कि भी फलाने जीवन ने फलाने बंदे ने सारी उम्र नशे किए अज गुरु नानक की कृपा के नो सतसंगी बन गया अमृतधारी बन गया, देखना तो यह सी कि वह कौड़ा रिठा मिठा हो गया। जो असं ये देखा ना उदों शब्द निकलेगा वाह, देखो अचरज पाया। यह हैरान करने वाली गलों तक असं अगे पहुंचे ही नहीं आ, उदों निकलना सी वाहगुरु, उदों असं गुरु ग्रंथ साहब महाराज जी की अचरजता समझना से, तस्वीर तक बाहरी अस्थान तक बाहरी निशानियों तक असं सीमित रह गए, उदे अंदरूनी भाव तक अगे तक जाके देखे ही नहीं है जिथे सानू गुरु दिखाना चाहता सी। उन्हां स्थानां दी यादगार बनी रहे, साभ के रखियो निशानियां, पर उदे पिछे भी वेखे कि गुरु सानू की दिखाना चाहता सी, असीं उन्हां निशानियां तक सीमित नहीं रहना। हुण अगली बेनती सुनियो, अश्चर्यता की गल कर रहे पर गुरु ग्रंथ साहिब महाराज जी विचों एक शब्द आया श्री गुरु रामदास महाराज जी का आसा की वार विचों छंद गाया जाता है। गुरु रामदास महाराज जी एक हैरानी हैरान करने वाली गल पेश करनगे, देखो कहते कोई गावे रागी नादे बेदे बहु भांत कर, गाने वाले आए राग गाए विद्या गाई सोहनिया तरजा गाइया ट्यूना गाइया आवाज सोहनी है शब्दावली वधी है सब कुछ बहुत चढ़ती कला वाला है, इं लगता है कि इहदा एक एक बोल सारिआं दे हिरदिआं नूं बिन्न रहा है असर पा रहा है, बड़ा प्रभावशाली वचन है इन्हां द्वारा बोलिया हुआ। पर गुरु रामदास महाराज जी कहते इन्नी विद्या पर परमात्मा बिल्कुल भी खुश नहीं होया, यह अश्चर्य है गुरु ग्रंथ साहिब महाराज जी की बाणी का। क्यों नहीं होया महाराज, सारिआं नूं ते चंगा लग्या, तुसीं क्यों नहीं खुश होए। अगली गल गुरु रामदास महाराज जी बयान कहते कह लगे कोई गावे रागी ना देवे दी बहु भांत कर नहीं हर हर भिजै राम राजे, क्यों नहीं खुश होया हरी, कहते जिन्हां अंतर कपट। इस चर्चता से गुरु ग्रंथ साहिब महाराज जी की सानू अंदरों गाना आता, जिन्हां अंतर कपट बेकार है जिन्हां रोए क्या कीजै, वह जिन्हां के अंदर कपट बेकार होवे वह बाहरों जिन्नी मर्जी सोहनी शब्दावली बना लैन, जिन्ने मर्जी राग जिन्ने मर्जी तरजा गाई जान, गुरु ने उन्होंने प्रवान नहीं किया, प्रवान नहीं किया। हुण अगली गल सुनियो, देखो साखियां इतिहास में कमाल कर जिहड़ा आपां विशा कहिंदे अश्चर्यता वाला कमाल करन वाला विशा गुरु ग्रंथ साहिब महाराज जी विच साडे इतिहास में छुपया पिया, तुसीं हुण देखो हैरान होवोगे कि होया साडे इतिहास में। समा थोड़ा है, संखेप विच बेनती है, देखो एक है भाई गोपाला, गुरु हरगोबिंद महाराज जी के समय भाई गोपाला गुरु साहब जी ने छेवें पातशाह जी नगर वसाया हरगोबिंदपुरा, संगत सजी गुरदेव जी कहते भी कोई है जिहड़ा उच्ची सुर विच शुद्ध पाठ सारी संगत नूं बड़े प्रेम दे नाल सुनावे, मनसा है साडी ते सारे ने कहा महाराज असीं सुना तां देवांगे पर शुद्ध नहीं है, कोई उच्ची सुना सकता है शुद्ध नहीं सुना सकता, कोई शुद्ध सुना सकता है उच्ची लय तर्ज विच नहीं सुना सकता, साडे विच इक्को ही है भाई गोपाला। भाई गोपाले ने गुरबाणी का जपजी साहब का पाठ आरंभ किया, एक एक अखर शुद्ध है, एक एक अखर विच मिठास भरी, प्रेम दे विच लगा मात्रा विश्राम उतरा चढ़ा लय सुर ताल सब कुछ पूरी तरह कंप्लीट प्रपक है बाणी पढ़न दे विच। पर गुरु हरगोबिंद महाराज जी कहते चलो ठीक है कोई गल नहीं घोड़ा दे दो, गुरु की खुशी नहीं हुई, गल ज नहीं बनी उत्थे, स्वाद जहा नहीं आया, आनंद जहा रस जहा नहीं बनया, महाराज की गल हुई तुहाडे हाव भाव तो लग रहे तुसीं खुश नहीं हुए। महाराज कहते मैं तो इनू गद्दी दे देनी सी,
ਪਰ ਇਹਦਾ ਧਿਆਨ ਮਾਇਆ ਵਿੱਚ ਟਿਕ ਗਿਆ। ਜੇ ਤੂੰ ਸ਼ੁੱਧ ਵੀ ਪੜ੍ਹਿਆ, ਸਾਫ ਸੁਥਰਾ ਵੀ ਪੜ੍ਹਿਆ, ਵਧੀਆ ਲੈ ਤਰਜ ਦੇ ਨਾਲ ਸੁਰ ਦੇ ਨਾਲ ਬਹੁਤ ਉੱਚਾ ਵੀ ਪੜ੍ਹਿਆ, ਪਰ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਨਹੀਂ ਹੋਈ ਕਿਉਂਕਿ ਧਿਆਨ ਚਲਾ ਗਿਆ ਮਾਇਆ ਵਿੱਚ ਭਾਈ ਗੋਪਾਲੇ ਦਾ। ਹੁਣ ਅਗਲੀ ਬੇਨਤੀ ਸੁਣਿਓ, ਇਹ ਤੇ ਸ਼ੁੱਧ ਪੜ੍ਹ ਰਿਹਾ, ਸਾਫ ਸੁਥਰਾ ਪੜ੍ਹ ਰਿਹਾ, ਸੁਰ ਤਾਲ ਵਿੱਚ ਉੱਚੀ ਪੜ੍ਹ ਰਿਹਾ, ਸਭ ਕੁਝ ਠੀਕ ਹੈ, ਇੱਕ ਵੀ ਗਲਤੀ ਇਤਿਹਾਸ ਨੇ ਨਹੀਂ ਦੱਸੀ। ਭਾਈ ਗੋਪਾਲੇ ਨੇ ਜਪਜੀ ਦਾ ਪਾਠ ਕੀਤਾ ਹੋਵੇ ਤੇ ਗੁਰੂ ਕਹਿੰਦੇ ਹੁਣ ਕਿੱਥੇ ਗਲਤੀ ਹੈ, ਗੁਰਬਾਣੀ ਪੜ੍ਹਨ ਵਿੱਚ ਉਹਦੇ ਕੋਈ ਗਲਤੀ ਨਹੀਂ ਕੱਢੀ, ਕਿਸੇ ਨੇ ਵੀ ਨਹੀਂ ਕੱਢੀ, ਕੋਈ ਗਲਤੀ ਨਜ਼ਰ ਨਹੀਂ ਆਈ, ਪਰ ਗੁਰੂ ਨੂੰ ਫਿਰ ਵੀ ਚੰਗੀ ਤਰ੍ਹਾਂ ਗੱਲ ਜੀ ਨਹੀਂ ਬਣੀ। ਹੁਣ ਦੇਖੋ ਅਗਲੀ ਗੱਲ ਸੁਣੋ, ਇੱਕ ਥਾਂ ਤੇ ਪਾਠ ਹੋਇਆ ਪਰ ਪੂਰਾ ਗਲਤ ਪਾਠ ਹੋਇਆ। ਜੰਮੂ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧਰਤੀ ਤੇ ਪਹੁੰਚੇ, ਕਿਸੇ ਨੇ ਯਾਦ ਕੀਤਾ ਤੇ ਉੱਥੇ ਬੀਬੀ ਭਾਗਪਰੀ ਜਿਹੜੀ ਗੁਰੂ ਸਾਹਿਬ ਜੀ ਵਾਸਤੇ ਖੱਦਰ ਦਾ ਚੋਲਾ ਤਿਆਰ ਕਰਕੇ ਬੈਠੀ। ਸਾਖੀਆਂ ਸੁਣੀਆਂ ਹੋਈਆਂ, ਆਪਾਂ ਸਿਰਫ ਸੰਖੇਪ ਵਿੱਚੋਂ ਕੋਈ ਤੱਤ ਲੈਣਾ ਹੈ ਵਿੱਚੋਂ, ਤੇ ਉੱਥੇ ਸਾਰੀ ਸੰਗਤ ਕਹਿੰਦੀ ਹੈ ਕਿ ਮਾਈ ਤੂੰ ਰੋਜ਼ ਆ ਕੇ ਇੱਥੇ ਰੋਣ ਲੱਗ ਜਾਂਦੀ ਹੈ ਸੰਗਤ ਵਿੱਚ, ਕਿਹਨੂੰ ਯਾਦ ਕਰਦੇ ਹੋ? ਕਹਿੰਦੇ ਜਿਹਨੂੰ ਯਾਦ ਕਰਦੀ ਉਹ ਜ਼ਰੂਰ ਆਵੇਗਾ। ਤੇ ਉਹ ਐਸਾ ਸਥਾਨ ਜਿਸ ਸਥਾਨ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਅੰਦਰ ਤੱਕ ਘੋੜੇ ਸਮੇਤ ਗਏ ਤੇ ਉਸ ਬੀਬੀ ਭਾਗਪਰੀ ਦੇ ਹੱਥੋਂ ਚੋਲਾ ਲਿਆ। ਜਿਹਨੂੰ ਉਮੀਦ ਟੁੱਟ ਚੁੱਕੀ ਸੀ, ਕੋਈ ਆਸ ਵੀ ਨਹੀਂ ਸੀ ਕਿ ਹੁਣ ਮੇਰੇ ਅਖੀਰਲੇ ਸਵਾਸਾਂ ਤੇ ਗੁਰੂ ਇੰਨੀ ਦੂਰ ਤੋਂ ਮੇਰੇ ਵਾਸਤੇ ਕਿਵੇਂ ਆ ਸਕਦਾ ਹੈ, ਕਿਸੇ ਨੂੰ ਵੀ ਭਰੋਸਾ ਨਹੀਂ, ਕਿਸੇ ਨੂੰ ਵੀ। ਇਹ ਅਸਚਰਜ ਹੈ ਸਾਡੇ ਇਤਿਹਾਸ ਦਾ। ਤੇ ਉੱਥੇ ਜਦੋਂ ਸਾਹਮਣੇ ਗੁਰੂ ਆ ਕੇ ਖੜ ਜਾਵੇ ਤੇ ਕਵੇ ਮਾਈ ਮੈਂ ਤੇ ਤੇਰੇ ਚੋਲੇ ਵਾਸਤੇ, ਤੇਰੀ ਸੇਵਾ ਵਾਸਤੇ ਇੱਥੇ ਆਇਆ ਹਾਂ, ਮੇਰੇ ਉੱਤੇ ਕਿਰਪਾ ਕਰੋ। ਇਹ ਦੇਖੋ ਅਚਰਜ ਪਿਆ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ ਇਤਿਹਾਸ ਵਿੱਚ ਅਸਚਰਜਤਾ ਹੋ ਗਈ। ਹੁਣ ਉਹ ਮਾਈ ਗੁਰੂ ਸਾਹਿਬ ਜੀ ਨੂੰ ਚੋਲਾ ਪਕੜਾ ਰਹੀ ਹੈ ਤੇ ਉੱਥੇ ਬਚਨ ਪੜ ਰਹੀ ਹੈ। ਸਾਰੀ ਸੰਗਤ ਤੇ ਕਹਿੰਦੀ ਸੀ ਕਿ ਤੇਰੀਆਂ ਗੱਲਾਂ ਕਰਕੇ, ਤੇਰੀਆਂ ਮਿੰਨਤਾਂ ਕਰਕੇ ਜਾਂ ਤੇਰੇ ਅਥਰੂਆਂ ਕਰਕੇ ਗੁਰੂ ਨੇ ਨਹੀਂ ਆਉਣਾ ਇੱਥੇ, ਗੁਰੂ ਨੂੰ ਥੋੜੇ ਕੰਮ ਪਏ ਆ, ਤੇਰੇ ਚੋਲੇ ਵਾਸਤੇ ਇੱਥੇ ਆਉਣਾ। ਉਹ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨ ਕੇ, ਸਿਰ ਤੇ ਸੋਹਣੀ ਦਸਤਾਰ ਸਜਾਉਣ ਵਾਲਾ, ਪੱਗ ਤੇਰੀ ਕੀ ਜਾਂ ਗੀਰੀ ਦੀ, ਉਹ ਤੇਰੇ ਇਸ ਚੋਲੇ ਵਾਸਤੇ ਆਵੇਗਾ। ਉਹ ਦੇਖ ਕੇ ਹੈਰਾਨ ਗੁਰੂ ਹਰਗੋਬਿੰਦ ਮਹਾਰਾਜ ਜੀ ਆਉਂਦਿਆਂ ਸਾਰ ਉਸ ਬੀਬੀ ਭਾਗਪਰੀ ਮਾਤਾ ਨੂੰ ਮਿਲੇ, ਤੇ ਜਿਹਦੇ ਸਾਹਮਣੇ ਇੱਕੋ ਦਮ ਇਹੋ ਜਿਹੀ ਘਟਨਾ ਵਾਪਰੇ, ਇੱਕੋ ਦਮ ਇਹੋ ਜਿਹੇ ਹਾਲਾਤ ਵਾਪਰ ਜਾਣ ਕਿ ਗੁਰੂ ਸਤਿਗੁਰੂ ਜੀ ਸਾਹਮਣੇ ਆ ਕੇ ਪ੍ਰਗਟ ਹੋ ਜਾਣ, ਦਰਸ਼ਨ ਦੇ ਦੇਣ, ਅਸੀਂ ਕਹਿ ਦਿੰਦੇ ਹਾਂ ਕਿ ਬੰਦਾ ਉਸ ਸਮੇਂ ਨਰਵਸ ਹੋ ਜਾਂਦਾ ਹੈ, ਉਲਝ ਜਾਂਦਾ ਹੈ, ਸਮਝ ਨਹੀਂ ਆਉਂਦੀ ਕਰਨਾ ਕੀ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਪੰਕਤੀ ਹੈ, ਹਮ ਪਾਪੀ ਤੁਮ ਬਖਸ਼ਣਹਾਰ। ਪਰ ਉਹ ਬਜ਼ੁਰਗ ਮਾਈ ਗਲਤ ਪੜ੍ਹ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹ ਕਹਿੰਦੀ ਹੈ ਕਿ ਤੁਮ ਪਾਪੀ ਹਮ ਬਖਸ਼ਣਹਾਰ, ਇੱਕ ਵਾਰ ਨਹੀਂ ਬਾਰ ਬਾਰ ਚੋਲਾ ਫੜਾਉਂਦੀ ਕਹਿੰਦੀ ਮਹਾਰਾਜ ਤੁਮ ਪਾਪੀ ਹਮ ਬਖਸ਼ਣਹਾਰ, ਤੁਮ ਪਾਪੀ ਹਮ ਬਖਸ਼ਣਹਾਰ। ਉਹ ਗੁਰੂ ਸਾਹਮਣੇ ਖੜਾ ਹੈ ਜਿਸ ਗੁਰੂ ਦੇ ਸਾਹਮਣੇ ਭਾਈ ਗੋਪਾਲਾ ਜਪਜੀ ਦਾ ਪਾਠ ਕਰੇ ਤੇ ਇੱਕ ਵੀ ਗਲਤੀ ਨਾ ਕਰੇ, ਗੁਰੂ ਉਹਨੂੰ ਵੀ ਰਿਜੈਕਟ ਕਰ ਦਿੰਦਾ ਹੈ। ਤੇ ਇਹ ਇੱਕ ਪੰਕਤੀ ਪੜ੍ਹਦੀ ਹੈ, ਉਹ ਵੀ ਬਿਲਕੁਲ ਗਲਤ ਪੜ੍ਹ ਰਹੀ ਹੈ, ਇਹਦੇ ਨਾਲ ਕੀ ਬੀਤੇਗੀ? ਕਮਾਲ ਦੀ ਗੱਲ ਹੈ ਨਾ। ਇਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸਚਰਜਤਾ ਦਾ ਪੱਖ, ਸਾਡੇ ਇਤਿਹਾਸ ਦਾ ਅਸਚਰਜਤਾ ਦਾ ਪੱਖ, ਹੈਰਾਨ ਕਰਨ ਵਾਲਾ। ਇਹ ਜਦੋਂ ਗੱਲਾਂ ਵਿਚਾਰਾਂਗੇ ਫਿਰ ਨਿਕਲੇਗਾ ਵਾਹਿਗੁਰੂ, ਫਿਰ ਜਾਪ ਬਣੇਗਾ। ਤੇ ਦੇਖੋ ਸਾਰੇ ਕਹਿੰਦੇ ਮਾਈ ਤੇਰੀ ਮੱਤ ਮਾਰੀ ਗਈ, ਤੈਨੂੰ ਭੁੱਲ ਗਿਆ, ਤੂੰ ਗੁਰੂ ਨੂੰ ਕਹਿ ਰਹੀ ਹੈ ਤੂੰ ਪਾਪੀ ਹਮ ਬਖਸ਼ਣਹਾਰ, ਤੈਨੂੰ ਤੇ ਸਜ਼ਾ ਮਿਲੇਗੀ। ਰਾਮਦੇਵ ਆਪਣੀ ਮਾਂ ਨੂੰ ਚੁੱਪ ਕਰਾ, ਇਹ ਭਵੱਤਰ ਗਈ ਹੈ, ਝੱਲੀ ਹੋ ਗਈ, ਪਾਗਲ ਹੋ ਗਈ ਹੈ। ਤੇ ਕਮਾਲ ਦੀ ਗੱਲ ਤੇ ਇਹ ਹੈ, ਗੁਰੂ ਕਹਿੰਦਾ ਕਿ ਨਹੀਂ ਇਹ ਬਿਲਕੁਲ ਸਹੀ ਬੋਲ ਰਹੀ ਹੈ, ਇਹ ਸੱਚ ਬੋਲ ਰਹੀ ਹੈ, ਇਹ ਠੀਕ ਬੋਲ ਰਹੀ, ਇਹਨੂੰ ਬੋਲਣ ਦਿਓ। ਜਿੱਥੋਂ ਇਹ ਬੋਲ ਰਹੀ ਹੈ ਨਾ, ਤੁਸੀਂ ਨਹੀਂ ਸਮਝ ਸਕਦੇ, ਅਸੀਂ ਜਾਣ ਲਿਆ, ਅਸੀਂ ਸਮਝ ਲਿਆ। ਉਹ ਪੜ੍ਹੀ ਜਾ ਰਹੀ ਹੈ ਤੁਮ ਪਾਪੀ, ਗੁਰੂ ਨੂੰ ਕਹਿ ਰਹੀ ਹੈ ਤੁਮ ਪਾਪੀ ਹਮ ਬਖਸ਼ਣਹਾਰ। ਕਮਾਲ ਦੀ ਗੱਲ ਤੇ ਇਹ ਹੈ, ਉਹਦੇ ਗਲਤ ਲਫ਼ਜ਼ਾਂ ਵਿੱਚੋਂ ਵੀ ਗੁਰੂ ਨੂੰ ਸੱਚਾਈ ਨਜ਼ਰ ਆਈ। ਇਹ ਕੀ ਸੀ ਇਹ? ਕਿਸੇ ਦੇ ਸ਼ੁੱਧ ਬਚਨਾਂ ਵਿੱਚੋਂ ਵੀ ਗੁਰੂ ਨੂੰ ਸੱਚਾਈ ਨਜ਼ਰ ਨਹੀਂ ਆਈ, ਕਿਸੇ ਦੇ ਗਲਤ ਬਚਨਾਂ ਅਸ਼ੁੱਧ ਬਚਨਾਂ ਵਿੱਚੋਂ ਵੀ ਗੁਰੂ ਨੂੰ ਸੱਚਾਈ ਨਜ਼ਰ ਆ ਰਹੀ ਹੈ। ਹੁਣ ਉਸੇ ਸਲੋਕ ਦੇ ਨਾਲ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ, ਹਰ ਹਰ ਕੀਜੈ ਰਾਮ ਰਾਜੇ ਜਿਹਨਾਂ ਅੰਤਰ ਖਪਤ ਵਿਕਾਰ ਹੈ ਤਿਨਾਂ ਰੋਏ ਕਹਿ ਕੀਜੈ। ਉਸ ਤੋਂ ਅਗਲਾ ਸਲੋਕ ਆਉਂਦਾ ਹੈ, ਕਹਿੰਦੇ ਜਿਨ ਅੰਤਰ ਕਰ ਹਰ ਪ੍ਰੀਤ ਗੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਪੀ ਖਰੇ ਹਰ ਪਾਣੀ
ਉਹ ਜੇ ਅੰਦਰ ਮਤ ਸਹੀ ਹੈ, ਗਿਆਨ ਸਹੀ ਹੈ, ਗੁਰੂ ਦੀ ਕਿਰਪਾ ਦੇ ਨਾਲ ਅੰਦਰ ਸ਼ਰਧਾ ਪ੍ਰੇਮ ਟਿਕਿਆ ਹੋਇਆ ਨਾ, ਬਾਹਰੋਂ ਤੂੰ ਗਲਤ ਵੀ ਬੋਲ ਰਿਹਾ ਗੁਰੂ ਦੀ ਨਜ਼ਰ ਵਿੱਚੋਂ ਤਾਂ ਵੀ ਖਰਾ ਮੰਨਿਆ ਜਾਵੇਗਾ। ਦੇਖੋ ਬੇਨਤੀ ਤਾਂ ਇਹ ਕਰਨੀ ਹੈ, ਇਹਦਾ ਮਤਲਬ ਦੂਜਾ ਵੀ ਤਾਂ ਲੈ ਲਿਓ ਕਿ ਚਲੋ ਸਾਨੂੰ ਸ਼ੁੱਧ ਪਾਠ ਨਹੀਂ ਆਉਂਦਾ, ਸਾਡੀ ਗੁਰੂ ਛੇਤੀ ਸੁਣ ਲਵੇਗਾ, ਮਾਈ ਭਾਗ ਭਰੀ ਦੀ ਸੁਣ ਲਈ ਸੀ। ਨਹੀਂ, ਹੁਣ ਇੱਕ ਅਗਲੀ ਗੱਲ ਹੋਰ ਸੁਣਿਓ, ਲੋੜ ਹੈ ਗੁਰੂ ਹਰਗੋਬਿੰਦ ਮਹਾਰਾਜ ਜੀ ਉਹਦੇ ਅਸ਼ੁੱਧ ਬਚਨਾਂ ਨੂੰ ਵੀ ਸੁਣ ਕੇ ਉਹਦੇ ਅੰਦਰ ਦੀ ਪ੍ਰੇਮ ਦੀ ਭਾਵਨਾ ਨੂੰ ਦੇਖਣ ਦੇ। ਇਹਦੇ ਅੰਦਰ ਕਪਟ ਨਹੀਂ ਹੈ, ਇਹਦੇ ਅੰਦਰ ਸ਼ਰਧਾ ਹੈ, ਪ੍ਰੇਮ ਹੈ, ਦਇਆ ਹੈ, ਲਗਾਓ ਹੈ, ਪ੍ਰੀਤ ਹੈ। ਭਾਈ ਗੋਪਾਲੇ ਦੇ ਅੰਦਰ ਸ਼ੁੱਧ ਬਚਨ ਤੇ ਆ ਗਏ ਪਰ ਪ੍ਰੇਮ ਨਹੀਂ ਹੈ, ਸ਼ਰਧਾ ਨਹੀਂ ਹੈ, ਲਾਲਚ ਹੈ, ਲੋਭ ਹੈ, ਕਪਟ ਹੈ, ਪ੍ਰੋਜੈਕਟ ਹੋ ਗਿਆ। ਇੱਕ ਗੁਰਮੁਖ ਪਿਆਰੇ ਹੋਏ ਜਸਵੰਤ ਸਿੰਘ ਨੇਕੀ, ਡਾਕਟਰ ਜਸਵੰਤ ਸਿੰਘ ਨੇਕੀ, ਉਹਨਾਂ ਦੇ ਕੁਝ ਕਿਤਾਬਾਂ ਬੜੀਆਂ ਪ੍ਰਚਲਿਤ ਹੋਈਆਂ। ਅਰਦਾਸ ਦੇ ਇੱਕ ਇੱਕ ਲਫ਼ਜ਼ ਤੇ ਉਸ ਗੁਰਮੁਖ ਪਿਆਰੇ ਨੇ ਪੂਰੀ ਇੱਕ ਕਿਤਾਬ ਲਿਖੀ ਅਰਦਾਸ, ਤੇ ਇੱਕ ਉਹਨਾਂ ਦੀ ਦੂਜੀ ਕਿਤਾਬ ਹੈ ਜਿਨ੍ਹਾਂ ਦਸੰਦੜਿਆਂ ਦੁਰਮਤ ਬੰਝਿਆ। ਉਸ ਕਿਤਾਬ ਦੇ ਵਿੱਚ ਤੀਜਾ ਤੇ ਜਾਂ ਚੌਥਾ ਮੇਰੇ ਖਿਆਲ ਨਾਲ ਉੱਥੇ ਲੇਖ ਹੁੰਦਾ ਹੈ, ਉਹਨਾਂ ਨੇ ਆਪਣੇ ਬਚਪਨ ਦੀ ਗੱਲ ਸੁਣਾਈ। ਸੁਣਿਓ ਧਿਆਨ ਨਾਲ, ਸਾਡੇ ਇਤਿਹਾਸ ਦਾ ਜੋ ਇੱਕ ਅਸਚਰਜ ਤਾਂ ਹੈਰਾਨ ਕਰਨ ਵਾਲਾ ਪੱਖ ਹੈ ਜਿੱਥੇ ਅਸੀਂ ਪਹੁੰਚੇ ਨਹੀਂ ਹਾਂ, ਬਾਰ ਬਾਰ ਤਸਵੀਰਾਂ ਤੱਕ ਜਾਂ ਹੋਰ ਚੀਜ਼ਾਂ ਵਸਤੂਆਂ ਤੱਕ ਰਹਿ ਗਏ। ਉੱਥੇ ਇੱਕ ਬਚਨ ਆਇਆ, ਉਹ ਜਸਵੰਤ ਸਿੰਘ ਨੇਕੀ ਜੀ ਲਿਖ ਰਹੇ, ਕਹਿੰਦੇ ਮੈਂ ਬਚਪਨ ਵਿੱਚ ਛੋਟਾ ਜਿਹਾ 7-8 10 ਕੁ ਸਾਲਾਂ ਦਾ, ਕਹਿੰਦੇ ਬੜੀ ਛੋਟੀ ਉਮਰ ਹੈ, ਘਰ ਦੇ ਵਿੱਚ ਮੈਂ ਬੈਠਾ ਅਤੇ ਮੇਰੀ ਦਾਦੀ ਮੇਰੀ ਬੇਜੀ ਪਾਠ ਕਰਨ, ਬਜ਼ੁਰਗ ਮਾਂ ਪਾਠ ਕਰ ਰਹੀ ਹੈ ਦਾਦੀ, ਅਤੇ ਕਹਿੰਦੇ ਮੈਂ ਪਾਠ ਸੁਣ ਰਿਹਾ, ਬਜ਼ੁਰਗ ਮਾਤਾਵਾਂ ਸੁਣ, ਅਤੇ ਉਹ ਕਹਿੰਦੇ ਜਦੋਂ ਮੈਂ ਪਾਠ ਸੁਣਿਆ ਤਾਂ ਮੇਰੇ ਬੇਜੀ ਮੇਰੇ ਦਾਦੀ ਜੀ ਪਾਠ ਕਰਨ, ਖਿਮਾ ਕਰਨਾ ਅੱਖਰ ਥੋੜ੍ਹੇ ਜਿਹੇ ਗਲਤ ਹੋ ਜਾਣਗੇ, ਇੱਥੇ ਪਰਪਸ ਸਿਰਫ ਸਮਝਣ ਵਾਸਤੇ ਸਾਂਝਾ ਕਰ ਰਹੇ ਹਾਂ, ਇਹ ਨਾ ਕਿਉਂਕਿ ਭਾਈ ਸਾਹਿਬ ਜੀ ਨੇ ਸ਼ਬਦ ਚੇਂਜ ਕਰ ਦਿੱਤਾ, ਨਹੀਂ ਆਪਾਂ ਸਿਰਫ ਸਮਝਣ ਵਾਸਤੇ ਬਚਨ ਸਾਂਝਾ ਕਰ ਰਹੇ ਹਾਂ। ਉੱਥੇ ਉਹ ਬਜ਼ੁਰਗ ਮਾਂ ਪੜ੍ਹ ਰਹੀ ਹੈ, ਕਹਿੰਦੇ ਤੇਰਾ ਤੇ ਕੀਤਾ ਮੈਂ ਜਾਤਿਓ ਨਾਹੀ, ਮੈਨੋਂ ਤੇ ਜੋਗ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਤੁਧ ਆਪੇ ਤਰਸ ਪਿਓਈ। ਸਭ ਨੂੰ ਪਤਾ ਹੈ ਗਲਤ ਹੈ, ਸੌਖਾ ਜਿਹਾ ਸ਼ਬਦ ਹੈ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋ ਕਿ, ਉਹ ਕਹਿੰਦੇ ਤੇਰਾ ਤੇ ਕੀਤਾ ਮੈਂ ਜਾਤਿਓ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਤੁਧ ਆਪੇ ਤਰਸ। ਸਾਰੇ ਅੱਖਰ ਗਲਤ ਵਿੱਚ, ਉਹ ਕਹਿਣ ਲੱਗੇ ਦਾਦੀ ਮਾਂ ਬੇਜੀ ਤੁਸੀਂ ਇਹ ਗਲਤ ਪੜ੍ਹ ਰਹੇ ਹੋ, ਸਹੀ ਨਹੀਂ ਹੈ, ਮੈਂ ਦੱਸਦਾ ਸਹੀ ਪਾਠ ਕਿਵੇਂ ਹੈ। ਕਹਿੰਦੇ 8-10 ਸਾਲਾਂ ਦੀ ਮੇਰੀ ਉਮਰ, ਮੈਂ ਸ਼ੁੱਧ ਪਾਠ ਸੁਣਾ ਦਿੱਤਾ, ਅਤੇ ਦਾਦੀ ਜੀ ਹੱਸ ਕੇ ਬੋਲੇ ਪੁੱਤਰ ਕੋਈ ਗੱਲ ਨਹੀਂ, ਜਿਹਨੂੰ ਮੈਂ ਸੁਣਾਉਂਦੀ ਹਾਂ ਉਹ ਆਪੇ ਹੀ ਠੀਕ ਕਰ ਲਈ ਸੀ। ਉਸ ਕਿਤਾਬ ਵਿੱਚ ਬਚਨ ਹੈ, ਜਿਹਨੂੰ ਮੈਂ ਸੁਣਾਉਂਦੀ ਪਈ ਹਾਂ ਉਹ ਆਪੇ ਹੀ ਸ਼ੁੱਧ ਕਰ ਲਈ ਸੀ। ਮੁਸਕਰਾ ਕੇ ਦਾਦੀ ਜੀ ਕੋਲ ਚਲੇ ਗਏ, ਮੈਂ ਵੀ ਮੁਸਕਰਾਇਆ, ਚਲੋ ਠੀਕ ਹੈ। ਕਹਿੰਦੇ ਅਗਲੇ ਦਿਨ ਛੁੱਟੀ ਸੀ, ਸੰਡੇ ਸੀ, ਅਤੇ ਮੈਂ ਹਰੇਕ ਐਤਵਾਰ ਆਪਣੀ ਮਾਂ ਨੂੰ ਮਾਤਾ ਜੀ ਨੂੰ ਪਾਠ ਸੁਣਾਉਂਦਾ ਸੀ। ਮੇਰੀ ਮਾਤਾ ਜੀ ਬੈਠੇ, ਉਹ ਦਾਦੀ ਸਾਨੂੰ ਮਾਤਾ ਜੀ ਕੋਲ ਬੈਠੇ, ਮਾਤਾ ਜੀ ਕਹਿੰਦੇ ਹੱਥ ਵਿੱਚ ਉਹ ਕੱਪੜੇ ਬੁਣ ਰਹੇ ਸਨ, ਸਵੈਟਰ ਬੁਣ ਰਹੇ ਸਨ, ਸਲਾਈਆਂ ਪਕੜੀਆਂ ਹੋਈਆਂ। ਕਹਿੰਦੇ ਮੈਂ ਆਪਣੇ ਮਾਤਾ ਜੀ ਨੂੰ ਪਾਠ ਸੁਣਾ ਰਿਹਾ ਸੁਖਮਨੀ ਸਾਹਿਬ ਦਾ, ਉੱਥੇ ਸ਼ਬਦ ਆ ਗਿਆ, ਕਹਿੰਦੇ ਸੰਤ ਕੇ ਦੁਖਨ ਤੇ ਮੁਖ ਪਵੈ, ਸੰਤ ਕੇ ਦੁਖਨ ਕਾਗ ਜਿਉ ਲਵੈ, ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤ ਕੇ ਦੁਖਨ ਸਰਪ ਜੋਨ ਪਾਏ। ਇੱਕ ਇੱਕ ਅੱਖਰ ਮੈਂ ਬੋਲਿਆ, ਮੇਰੀ ਮਾਂ ਨੇ ਮੈਨੂੰ ਉਸੇ ਸਮੇਂ ਰੋਕ ਦਿੱਤਾ, ਪੁੱਤਰ ਇਹ ਕੀ ਪੜ੍ਹਦਾ, ਸ਼ੁੱਧ ਨਹੀਂ ਹੈ, ਗਲਤ ਹੈ, ਦੁਬਾਰਾ ਪੜ੍ਹ। ਮੈਨੂੰ ਕਹਿੰਦੇ ਉਸੇ ਸਮੇਂ ਦਾਦੀ ਦੀ ਗੱਲ ਯਾਦ ਆ ਗਈ, ਮੈਂ ਕਿਹਾ ਮਾਂ ਜਿਹਨੂੰ ਮੈਂ ਸੁਣਾਉਣਾ ਪਿਆ ਹਾਂ ਉਹ ਆਪੇ ਹੀ ਸ਼ੁੱਧ ਕਰ ਲਏ ਸੀ। ਕਹਿੰਦੇ ਮੈਂ ਉਵੇਂ ਹੀ ਆਪਣੀ ਮਾਤਾ ਨੂੰ ਕਹਿਤਾ। ਕਹਿੰਦੇ ਮੇਰੀ ਮਾਂ ਨੇ ਉਸ ਸਮੇਂ ਸਵਾਟਰ ਸਲਾਈਆਂ ਇੱਕ ਪਾਸੇ ਰੱਖੇ, ਅਤੇ ਕਹਿਣ ਲੱਗੇ ਗੁਟਕਾ ਮੇਰੇ ਹੱਥੋਂ ਖੋਹ ਲਿਆ, ਕਹਿੰਦੇ ਹੁਣ ਪੜ੍ਹ। ਕਹਿੰਦਾ ਨਹੀਂ ਮਾਂ, ਮੈਨੂੰ ਤਾਂ ਅੱਖਰ ਵੀ ਯਾਦ ਨਹੀਂ ਹੈ, ਸੁਖਮਨੀ ਸਾਹਿਬ ਮੈਨੂੰ ਕੰਠ ਨਹੀਂ ਹੈ, ਮੈਨੂੰ ਪੌੜੀ ਵੀ ਯਾਦ ਨਹੀਂ ਹੈ। ਕਹਿੰਦੇ ਬਸ ਆਹੀ ਫਰਕ ਹੈ, ਤੇਰੀ ਦਾਦੀ ਦੀ ਤੂੰ ਰੀਸ ਕਰਦਾ, ਉਹਨਾਂ ਨੇ ਇੱਕ ਅੱਖਰ ਵੀ ਕਿਸੇ ਸਕੂਲ ਵਿੱਚ ਨਹੀਂ ਪੜ੍ਹਿਆ, ਊੜਾ ਆੜਾ ਤੱਕ ਨਹੀਂ ਆਉਂਦਾ, ਪਰ ਉਹਨਾਂ ਨੇ ਜਿੰਨੀ ਬਾਣੀ ਕੰਠ ਕੀਤੀ ਯਾਦ ਹੈ। ਤੈਨੂੰ ਅੰਦਾਜ਼ਾ ਵੀ ਨਹੀਂ ਹੈ ਪੁੱਤਰ ਕਿ ਉਹਨਾਂ ਨੂੰ ਕਿੰਨਾ ਕੁਝ ਯਾਦ ਹੈ, ਅਤੇ ਜਦੋਂ ਉਹ ਭਾਵਨਾ ਨਾਲ ਪ੍ਰੇਮ ਨਾਲ ਬਾਣੀ ਪੜ੍ਹਦੇ ਹਨ ਨਾ, ਤਾਂ ਆਪਣੇ ਗੁਰੂ ਵਿੱਚ ਇੱਕਮਿਕ ਹੋ ਕੇ ਬਾਣੀ ਪੜ੍ਹਦੇ ਹਨ, ਉੱਥੇ ਅੱਖਰ ਉਤਰਾ ਚੜ੍ਹਾ ਵਾਧ ਘਾਟ ਹੋ ਸਕਦੇ ਹਨ। ਤੂੰ ਉਹਨਾਂ ਦੀ ਰੀਸ ਨਾਲ, ਤੂੰ ਤਾਂ ਪੜ੍ਹਿਆ ਹੈ ਨਾ, ਤੇਰੇ ਕੋਲ ਤਾਂ ਅੱਖਰ ਹੈ, ਤੂੰ ਤਾਂ ਸਕੂਲੇ ਪੜ੍ਹਦਾ ਹੈ, ਜਾਂਦਾ ਹੈ, ਤੂੰ ਤਾਂ ਸੰਥਿਆ ਲੈਂਦਾ, ਮੈਂ ਤੈਨੂੰ ਅੱਖਰ ਅੱਖਰ ਸ਼ੁੱਧ ਕਰਵਾਉਂਦੀ ਹਾਂ, ਫਿਰ ਵੀ ਤੂੰ ਗਿਆਨ